دو زاکرین جناب بابا سید زرگاہ مبارک شاہب جنگ اور ان کے بعد زاکر آل محمد جناب سید محمد عباس اور ان کے بعد زاکر آل محمد جناب قاضی وسیم عباس ملتان اور ان کے بعد شہر آل عمران جناب اجاز حسین جنوی وہ خطاب فرمائیں گے۔ بسم اللہ الرحمن الرحیم الحمد للہ رب العالمین الرحمن الرحیم يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وعجل فرج آل محمد صلوات پڑھو باواز بلند اللہم صلی علی درودہ پڑھنا ایک بڑی اہم عبادت مل کے صلوات پڑھو اللہم خوشنودی منتظر زمانہ دی خاطر درود بھیجو اللہم اکھا بند کر کے استقبال روح معصومہ دی خاطر درود بھیجو اللہم صلی جڑے موالی بیٹھو حیدر اقرار دے مل کے نامی امیر دی گونجو اے حیدر مہربانی یہاں شریف آؤ سب تو پہلے تو میری دعا نے کہ مولا کائنات تو کل دنیا دے دکھاں تکلیفاں تو محفوظ رکھے ساڈی اس نازک دور دیاں مجلساں خلق کے عالم حقیقی بادشاہ عبادت شمار کرے شوالے شمار نہ کرے اس نازک دور دے وچ ہر شریف دی عزت محفوظ رہ مریہ حسین حسین کریں دے اٹھی ویے علی علی کریں دے دامن پنجاں تے باہر دوے ہتھ سن گنہ گاراں دا ہووے خدا تعالیٰ بانی بجلہ ساجی شیر صاحب دی پوری وچائی مولا منظور تے مقبول فرماوے انہاں لوگوں کے رزق وچ مولا کائنات برکت پاوے انہاں دے خرچ خراجات نظر نیاز دربار زہرا وچ مولا منظور تے مقبول فرماوے انہاں دے جتنے بھی مرحومین ان مولا انہاں نوں کروٹ کروٹ جنت نصیب فرماوے مولا انہاں دے صغیرہ کبیرہ گناہ معاف فرماوے مولا انہاں دی قبراں منور فرماوے تساں جتنے ہی آئے بیٹھے ہو اس دربار عالیہ وچ مولا تہاڈا ٹرایا منظور تے مقبول فرماوے ہن درود بھیجو آل محمد دی ذات اللہم صلی علی ہے اجازت میں پڑھائی شروع کراں تہاڈا بھی حکم ہے جناب دا بھی یاد رہے مولا تساں لوگاں آباد و شاد رکھے صدقہ محمد اور اہل بیت محمد دا میں ملنگ فقیر جیا سید میری ملنگانہ ذاکری میری ایمان و یقین دی ذاکری سب ذاکر میرے تو اچھے اور بہتر میں ہر دا دعا گو میں ہر مجلس سے چپیل کرے دا رانا محمد اور اہل بیت محمد دے سمجھن دی کوشش کر کہ محمد اور آل محمد کیا ہیں اسا خلقی سے واسطے ہوئے انہیں پہچانیے
ਸਾਡੀ ਵਜ੍ਹਾ ਤਖਲੀਕੀ ਉਹ ਇਹਨਾਂ ਦਾ ਪਹਿਚਾਨਣਾ, ਲੇਕਿਨ ਸਾਡੀ ਕਿ ਮਜਾਲ ਜਿੱਥੇ ਸਾਡੇ ਜ਼ਿਹਨਾਂ ਦੀ ਇੰਤਹਾ ਹੈ ਉੱਥੋਂ ਇਹਨਾਂ ਦੇ ਨੌਕਰਾਂ ਦੀ ਵੀ ਤਦਾ ਹੈ। ਬੜਾ ਸਮਝਦਾਰ ਮਜਮਾ ਤੁਹਾਡੀ ਹਯਾਤੀ ਹੋਵੇ ਜਿੱਥੇ ਨੌਕਰਾਂ ਦੀ ਇੰਤਹਾ ਅੱਗੇ ਸਾਇਕੂਆਂ ਪੰਧਾਂ ਅਤੇ ਉਹਨਾਂ ਹਦੀਬ ਤਦਾ ਇਹਨਾਂ ਨੂੰ ਜਾਵਣ ਵਾਲੇ ਨਹੀਂ ਪਹਿਚਾਣ ਸਕੇ, ਇਹਨਾਂ ਨੂੰ ਸਰਦਾਰੇ ਮਲੈਕਾ ਜਿਬਰਾਈਲ ਨਹੀਂ ਸਮਝ ਸਕਿਆ। ਜਦੋਂ ਦਰਵਾਜ਼ੇ ਵਾਲੇ ਮੁਹੰਮਦ ਅਤੇ ਜਿਬਰਾਈਲ ਆਉਂਦਾ ਪਤਾ ਹੀ ਨਾ ਉਸ ਲੱਗਦਾ ਅਲੀ ਕਿਹੜਾ ਹੈ ਮੁਹੰਮਦ ਕਿਹੜਾ ਹੈ। ਕਿਆ ਬਾਤ ਹੈ ਬਾਈ ਤੁਹਾਡੀ ਹੈਦਾਰੇ, ਤੁਹਾਨੂੰ ਮੌਲਾ ਵੱਡੇ ਰੰਗ ਲਾਵੇ ਜਿਨ੍ਹਾਂ ਨੂੰ ਜਿਬਰਾਈਲ ਨਹੀਂ ਸਮਝ ਸਕਿਆ। ਮੇਰੇ ਮਿਹਰਬਾਨਾ ਅੱਜ ਕੱਲ੍ਹ ਤਾਂ ਦੋ ਟੱਕੇ ਦਾ ਇਨਸਾਨ ਕੇ ਜਾਣੇ ਮੁਹੰਮਦ ਔਰ ਅਹਿਲੇ ਬੈਤ ਮੁਹੰਮਦ ਕਿਆ ਹਨ। ਕੁਛ ਲੋਕ ਆਖਦੇ ਨੇ ਸਾਡੇ ਜਾਣ ਖੁਦਾ ਜਾਣਦੇ ਸਾਡੇ ਜਾਏ, ਨਹੀਂ ਅਸੀਂ ਇੰਨਾ ਜਾਏ ਨਹੀਂ ਸੇ, ਅਸੀਂ ਇਹਨਾਂ ਦੇ ਨੌਕਰਾਂ ਦੇ ਨੌਕਰਾਂ ਦੇ ਨੌਕਰਾਂ ਜਾਏ ਨਹੀਂ ਸੇ, ਜਿਹਨਾਂ ਮੂੰਹ ਜ਼ਬਾਨ ਹੋਵੇ ਵੱਧ ਨੌਕਰਾਂ ਦੇ ਨੌਕਰਾਂ ਜਾਏ ਨਹੀਂ ਸੇ, ਅੱਗੋਂ ਨੌਕਰਾਂ ਦੇ ਨੌਕਰਾਂ ਜਾਏ ਨਹੀਂ ਸੇ। ਖੁਦਾ ਜਾਣਦਾ ਇਹਨਾਂ ਦੇ ਨੌਕਰਾਂ ਦਾ ਕਮਾਲ ਹੈ, ਘੁਬਰਨ ਨਹੀਂ ਦਿੰਦਾ, ਦੁਆ ਲਾਹਣ ਨਹੀਂ ਦਿੰਦਾ। ਬਾਈ ਕਿਆ ਬਾਤ ਹੈ, ਹੁਣ ਤੁਹਾਡਾ ਮੂਡ ਹੋਵੇ ਤੇ ਸ਼ੇਰ ਕਸੀਦੇ ਤੋਂ ਸੁਣਾ ਵਾ ਚਾਹੀਆਂ, ਸਾਦਾ ਜੇ ਆ ਤੁਹਾਡੀ ਹਯਾਤੀ ਰਬੀਉਲ ਅਵਲ ਦਾ ਚੰਨ ਆ ਲਈ ਇਸ ਚੰਨ ਦੀ ਰਿਸਬਤ ਖਤਮੀ ਮਰਤਬਤ ਬਮਾਯਨ ਤਕਦਮ ਇਸਦਾਬ ਸਰਵਰ ਆਲਮ ਅਹਿਮਦ ਮੁਖਤਾਰ ਵਜਹ ਤਖਲੀਕ ਕਾਇਨਾਤ ਸਰਕਾਰ ਮੁਹੰਮਦ ਪਾਕ ਨਾਲ ਨਿਸਬਤ ਹੈ। ਤੋ ਸਰਕਾਰ ਦੀ ਆਮਦ ਦਾ ਇਸ ਮਹੀਨੇ ਸਰਕਾਰ ਦਾ ਜ਼ਹੂਰ ਹੋਇਆ, ਤੁਹਾਡੀ ਹਯਾਤੀ ਹੋਵੇ ਏਡੀ ਠਾਡੇ ਨਹੀਂ ਜਿਹੜੇ ਵਲਟੀ ਕੇ ਬੈਠੇ ਹੋ ਇਹ ਹੇਕ ਗਾਤ ਕੱਢੋ ਖਾਂ ਬਲਾ, ਕੁਝ ਨਹੀਂ ਆਉਂਦਾ ਤੁਹਾਡੇ ਹੱਥਾਂ ਨੂੰ ਮੈਂ ਦਾਮੇ ਨਾ ਹੈਦਰੇ ਬਹੁ ਜੀਓ। ਮੌਲਾ ਤੁਹਾਨੂੰ ਬੜੇ ਰੰਗ ਲਾਵੇ ਇੱਕ ਸ਼ੇਰ ਕਸੀਦੇ ਦਾ ਉਹਦੇ ਬਾਅਦ ਇੱਕ ਹੋਰ ਪੜਸਣ ਬਦਮਾ ਸਾਹਿਬ ਅਸਾਂ ਤਾਂ ਵਾਧਾ ਠੇਲੇ ਥਾਂ ਹੀ ਖਲੋਤੇ ਆਏ ਨਾ, ਇੰਨਾ ਤਾਂ ਵੱਧ ਸਾਲਾਂ ਪਿੱਛੋਂ ਆਵਣਾ ਨਾ ਹੈ। ਦਰੂਦ ਭੇਜੋ ਆਲੇ ਮੁਹੰਮਦ ਦੀ ਜ਼ਾਤ ਲਖਮਾ, ਦਰੂਦ ਇੱਕ ਐਸੀ ਇਬਾਦਤ ਹੈ ਜਿਸ ਵਿੱਚ ਖੁਦ ਖੁਦਾ ਸ਼ਰੀਕ ਮਿਲ ਕੇ ਸਲਵਾਤ ਪੜੋਲਾ ਹੈ। ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਆਇਆ ਹੈ, ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਆਇਆ ਹੈ, ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਆਇਆ ਹੈ, ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਆਇਆ ਹੈ, ਗਰੀਬ ਤੁਹਾਡੀਆਂ ਹਯਾਤੀਆਂ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਮੈਂ ਗਲਤ ਨਹੀਂ ਆਦਾ ਪਿਆ ਬਛੜੇ ਬੋਲੋ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਆਇਆ ਹੈ, ਗਰੀਬਾਂ ਤੇ ਯਤੀਮਾਂ ਦਾ ਕੀ ਬਾਤ ਹੈ ਤੁਹਾਡੀ ਜੀਓ ਪਰ ਹਲਤਾ ਆਇਆ ਓ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਤੇਰੀ ਹਯਾਤੀ ਹੋਵੇ ਤੇਰੇ ਬੱਚਿਆਂ ਦੀ ਹਯਾਤੀ ਹੋਵੇ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਗਰੀਬਾਂ ਤੇ ਯਤੀਮਾਂ ਦਾ ਸਹਾਰਾ ਹਲਤਾ ਜਿੰਦੇ ਕੀਤੇ ਖੁਦਾਈ ਬਣੀ ਹੈ, ਜਿੰਦੇ ਕੀਤੇ ਖੁਦਾਈ ਬਣੀ ਹੈ, ਉਹ ਤਾਂ ਮੁਸਤਫਾ ਆਇਆ ਹੈ, ਜਿੰਦੇ ਕੀਤੇ ਕਿਆ ਬਾਤ ਹੈ
ਜਾਂਦੇ ਬਹੁ ਜੀਓ ਉਹ ਤਾਂ ਮੁਸਤਫਾ ਆਇਆ ਵਾੜੀਆਂ ਹਯਾਤੀਆਂ ਹੋਵਨ ਭਾਈ ਤੁਸੀਂ ਹੱਕ ਅਦਾ ਕਰ ਦਿੱਤਾ ਹੈ ਹਾਏ ਦਰੀ ਤੁਹਾਡੀਆਂ ਹਯਾਤੀਆਂ ਮੌਲਾ ਚੁਣ ਵੜੇ ਰੰਗ ਲਾਵੇ ਸਮਝਦਾਰ ਨੂੰ ਦਾਵਾ ਦੇ ਰਿਹਾ ਕਿਬਲਾ ਅਰਜ਼ ਕਰ ਰਿਹਾ ਸਮਝਦਾਰ ਬੰਦੇ ਜਿੰਦੇ ਜਾਗਣ ਇਬਾਦਤ ਤੂੰ ਵੱਲ ਵੱਲ ਕੇ ਰੁਕੇਂਦਾ ਹੈ ਜਿੰਦੇ ਜਾਗਣ ਇਬਾਦਤ ਤੂੰ ਵੱਲ ਵੱਲ ਕੇ ਰੁਕੇਂਦਾ ਹੈ ਉਹ ਤਾਂ ਆਮਨਾ ਦਾ ਚੰਨ ਉਹ ਤਾਂ ਚੰਨ ਸ਼ਾਫੀ ਰੋਜ਼ੇ ਜਜ਼ਾ ਆਇਆ ਚੰਨ ਸ਼ਾਫੀ ਰੋਜ਼ੇ ਜਜ਼ਾ ਆਇਆ ਹੈ ਨੀਂਦ ਵੀ ਕਹਾਣੀ ਨਾਲ ਨਹੀਂ ਆਉਂਦੀ ਅਗਲੀ ਵਾਰੀ ਯਾਦ ਕਰਕੇ ਆ ਸਜਣਾ ਤੁਹਾਡੀ ਹਯਾਤੀ ਹੋਵੇ ਕੋਈ ਹੋਰ ਸੁਣਾਊਗਾ ਅੱਛਾ ਜੀ ਤੇਰੀ ਹਯਾਤੀ ਹੋ ਚਲੋ ਬਾਬੇ ਵਾਲਾ ਸੁਣਾਈਨੇ ਆ ਚਲ ਹਾਏ ਦਰੇ ਹਲਦਾ ਹੀ ਨਹੀਂ ਪਾਇਆ ਅੱਲਾ ਇਹਨਾਂ ਦੀ ਹਯਾਤੀ ਕਰੇ ਚੱਲ ਇਹਨਾਂ ਨੂੰ ਖੋਜੀ ਨਾ ਕਿਹੜਾ ਪੁਰਾਣਾ ਬੋਲੀ ਹੈ ਸਲਵਾਤਪੁਰ ਅੱਲਾਹੁਮਾ ਹੁਸੈਨ ਤੁਹਾਨੂੰ ਬੜੇ ਰੰਗ ਲਾਵੇ ਮੌਲਾ ਤੁਹਾਨੂੰ ਵਸਦਿਆਂ ਰੱਖੇ ਤੁਹਾਨੂੰ ਇਨਸ਼ਾਅੱਲਾ ਕੁਝ ਜੀ ਨਾ ਹੋਵੇ ਮੁਸਾਫਰ ਆਏ ਸ਼ਾਮ ਦਾ ਸਦਕਾ ਅੱਛਾ ਪੜ੍ਹਨਾ ਤੂੰ ਨਾ ਚੱਲੇ ਮੌਲਾ ਇਸ ਵਿਹੜੇ ਨੂੰ ਤੱਕ ਅਮਰ ਤਾਈ ਆਬਾਦ ਰੱਖੇ ਮੌਲਾ ਇਹਨਾਂ ਨੂੰ ਦੁੱਖਾਂ ਤੋਂ ਦੂਰ ਰੱਖੇ ਮੌਲਾ ਇਹਨਾਂ ਦੇ ਮਨ ਹਾਜੀ ਸਾਹਿਬ ਦੀ ਅਮਸ਼ੀਰਾ ਬਿਮਾਰ ਹੈ ਬਿਮਾਰ ਹੈ ਕਰਬਲਾ ਦਾ ਸਦਕਾ ਮੌਲਾ ਨੂੰ ਸ਼ਿਫਾਏ ਕਾਮਲਾ ਆਜ ਲਾ ਤਾ ਦਰੂਦ ਭੇਜਵਾ ਲੈ ਮੁਹੰਮਦ ਦੀ ਜ਼ਾਤ ਇਬਾਦਤ ਹੈ ਹਰ ਸ਼ਾਇਦ ਹਰ ਸ਼ਾਇਦ ਹਰ ਸ਼ਾਇਦ ਹਰ ਸ਼ਾਇਦ ਯਾਤੀ ਹੋਵੇ ਹਰ ਸ਼ਾਇਦ ਹਰ ਸ਼ਾਇਦ ਹਰ ਸ਼ਾਇਰ ਹਰ ਸ਼ਾਇਰ ਉਹ ਸ਼ੈਦਾਂ ਦਾ ਨੂਰ ਬਣਾ ਆ ਹਰ ਕੋਈ ਜਾਣਦਾ ਹੈ ਕਿਆ ਬਾਤ ਬਹੁ ਜੀਓ ਕੋਈ ਜਾਣਦਾ ਹੈ ਉਹ ਪਿਛਕੁਰੇ ਸੀ ਲੋਹ ਅਫਲਾਕਨ ਉਹ ਪਿਛਕੁਰੇ ਸੀ ਲੋਹ ਅਫਲਾਕਨ
ਉਹ ਚੰਨ ਤਾਰਿਆਂ ਨਾਲ ਸਜਾ ਯਾਰ ਕੋਈ ਜਾਣਦਾ ਹੈ ਚੰਨ ਤਾਰੇ ਤੁਹਾਡੀਆਂ ਹਯਾਤੀਆਂ ਯਾਰ ਕੋਈ ਜਾਣਦਾ ਹੈ ਤੁਹਾਡੀਆਂ ਹਯਾਤੀਆਂ ਇੱਥੇ ਜਨਾਬ ਅਗਲੇ ਪਿਛਲੇ ਪੈਰ ਅਸਾਂ ਰੋਜ਼ ਪੜ੍ਹਦੇ ਖਲੇ ਹਾਂ ਬੜੇ ਸਮਝਦਾਰ ਬੰਦੇ ਬੈਠੇ ਹੋ ਸਰਵਰੇ ਆਲਮ ਤੇ ਸਵਾਲ ਹੋਇਆ ਮੌਲਾ ਤੁਸਾਂ ਕਦਾਂ ਦੇ ਹੋ ਕਦਾਂ ਦੇ ਹੋ ਬਾਦਸ਼ਾਹ ਨੇ ਜਿਹੜਾ ਜਵਾਬ ਦਿੱਤਾ ਫਰਮਾਇਂਦਾ ਨੇ ਕਾਬਾ ਕੌਸ਼ੈਨ ਤੇ ਓ ਅਦਨਾ ਕੈ ਸ਼ਾਇਦਾ ਨਾ ਮਨਿਸ਼ਾਨ ਨਾ ਕਾ ਸਮਝਦਾਰ ਜਿਹੜੇ ਢਾਈ ਆਏ ਬੈਠੇ ਜੀਓ ਕੈ ਸ਼ਾਇਦਾ ਨਾ ਮਨਿਸ਼ਾਨ ਨਾ ਓ ਜਦਾ ਹਰੇ ਸ਼ਾਇਦ ਸੇ ਦੇ ਆਈ ਲਾਸ਼ਾ ਆਦਮ ਦਾ ਕੋਈ ਇਮਕਾਨ ਨਾ ਕਿਆ ਬਾਤ ਹੈ ਹੋ ਆਦਮ ਦਾ ਕੋਈ ਇਮਕਾਨ ਨਾ ਖਾਲਕ ਨੇ ਲਫ਼ਜ਼ ਕੌਣ ਅਖਿਆ ਖਾਲਕ ਨੇ ਲਫ਼ਜ਼ ਕੌਣ ਅਖਿਆ ਉਹ ਫਯਕੂਨ ਸਤੂੰ ਅਖਵਾ ਯਾਰ ਕੋਈ ਜਾਣਦਾ ਹੈ ਕਿਆ ਬਾਤ ਹੈ ਪਰ ਜਾਣ ਲਓ ਮੌਲਾ ਤੁਹਾਨੂੰ ਰੰਗ ਲਾਵੇ ਹਰੇ ਕੋਈ ਜਾਣਦਾ ਹੈ ਆਬਾਦ ਰਹੋ ਤੁਹਾਡੀਆਂ ਜ਼ਿੰਦਗੀਆਂ ਤੁਸਾਂ ਹੱਕ ਅਦਾ ਕਰ ਦਿੱਤਾ ਹੈ ਤੁਹਾਡੀ ਹਯਾਤੀ ਹੋਵੇ ਇੱਕ ਸ਼ਿਕਵਾ ਹੈ ਸ਼ਿਕਵਾ ਉਹ ਖਾਲਕ ਏ ਮਖਲੂਕ ਉਹ ਖਾਲਕ ਏ ਮਖਲੂਕ ਲੇਕਿਨ ਸਮਝਦਾਰ ਨੂੰ ਚਾਚਾ ਦਾਵਾ ਦੇ ਰਿਹਾ ਕਿ ਬਰਾਦ ਕਰ ਰਿਹਾ ਜਿਹੜੇ ਖਾੜੇ ਖੜਕੇ ਕਈ ਕਈ ਘੰਟੇ ਤਹ ਰੱਬ ਦਾ ਹਮਦ ਕਰੇਂਦੇ ਨਮੂ ਜ਼ਬਾਨਾ ਹੋਵੇ ਕਈ ਕਈ ਘੰਟੇ ਹੋ ਤਹ ਰੱਬ ਦਾ ਹਮਦ ਕਰੇਂਦੇ ਰਹੇ ਹੋ ਉਨ ਜੋੜੇ ਹਨ ਇਨ ਤੋੜ ਦਿੱਤੇ ਜਿਹੜੇ ਝੂਠੇ ਰੱਬ ਸਡਵਾਏਂਦੇ ਕਿਆ ਬਾਤ ਹੈ ਬਹੁ ਜੀਓ ਇਹਨਾਂ ਤੋੜ ਦਿੱਤੇ ਹੋ ਜਿਹੜੇ ਝੂਠੇ ਰੱਬ ਸਡਵੇਂਦੇ ਤੈਨੂੰ ਕੋਈ ਨਾ ਜਾਣਦਾ ਕੌਣ ਹੈ ਤੂੰ ਤੈਨੂੰ ਕੋਈ ਨਾ ਜਾਣਦਾ ਸਮਝਦਾਰ ਜੀਓ ਉਹ ਤੈਨੂੰ ਕੋਈ ਨਾ ਜਾਣਦਾ ਕੌਣ ਹੈ ਤੂੰ ਉਹ ਤੈਨੂੰ ਕੋਈ ਨਾ ਜਾਣਦਾ ਕੌਣ ਹੈ ਤੂੰ ਤੈਨੂੰ ਕੋਈ ਨਾ ਜਾਣਦਾ ਕੌਣ ਹੈ ਤੂੰ ਤੈਨੂੰ ਕੋਈ ਨਾ ਜਾਣਦਾ ਕੌਣ ਹੈ ਤੂੰ ਤੈਨੂੰ ਸੈਦਾ ਰੱਬ ਸਦਵਾ ਯਾਰ ਕੋਈ ਜਾਣਦਾ ਹੈ ਤੈਨੂੰ ਕਿਆ ਬਾਤ ਹੈ ਰੱਬ ਸਦਵਾ ਯਾਰ ਕੋਈ ਜਾਣਦਾ ਹੈ ਯਾਰ ਰਾਜ਼ੀ ਰਵਿਆ ਤੁਹਾਡਾ ਹੁਕਮ ਮੰਨਿਆ ਦੋ ਤਿੰਨ ਜੁਮਲੇ ਮਤ ਸਾਹਿਬ ਦੇ ਫਿਰ ਜੰਡਵੀ ਸਾਹਿਬ ਪੜਸਨ ਜਿਹੜੇ ਰੋਣ ਆਏ ਹੋ ਕਿ ਆਪਣੇ ਵਤਨ ਤੇ ਬਹਿ ਕੇ ਬੇਵਤਨਾਂ ਨੂੰ ਰੋਵਾ ਮਾਇਆ ਚਿੜੀ ਦਾੜੀ ਵਾਲੇ ਹਰ ਰੱਖ ਹੁਸੈਨ ਨੂੰ ਨਹੀਂ ਰੋ ਸਕਦੇ ਹਰਿਆ ਲਈ ਅੱਖ ਆਉਂਦੀ ਹੈ ਬੇਹਰੀ ਅੱਖ ਨੂੰ ਕੀ ਹੈ ਪਤਾ ਜੋ ਅਲੀ ਦੀ ਦੇਹ ਕਿਵੇਂ ਲੁਟੀਂਦੀ ਰਹੀ ਹੈ ਸ਼ਾਬਾਸ਼ ਜਿਹੜੇ ਨਹੀਂ ਰੋਂਦੇ ਹੁਸੈਨ ਦੇ ਕੁਝ ਨਹੀਂ ਲੱਗਦੇ ਮੈਂ ਗਰੀਬ ਸੀ ਕਿ ਦੁਆ ਜਿਹੜੇ ਤੁਹਾਡੀ ਹੰਝੂ ਬਤੂਲ ਦੀ ਬਾਰਗਾਹ 'ਚ ਮਨਜ਼ੂਰ ਨੌਕਰ ਹਾਂ ਹਾਜੀ ਸਾਹਿਬ ਮੌਲਾ ਤੁਹਾਨੂੰ ਕੋਈ ਦੁੱਖ ਤਕਲੀਫ ਦੇਵੇ ਹੀ ਨਹੀਂ ਬਸ ਦੋ ਜੁਮਲੇ ਸੱਤ ਅੱਠ ਮਿੰਟ ਦੀ ਮਜਲਿਸ ਇੱਥੇ ਮੇਰੇ ਮਹਿਮਾਨ ਹਨ ਮੇਰਾ ਘਰ ਹੈ ਅਰਸਾ ਗੁਜ਼ਰ ਗਿਆ ਡਿਊਟੀਆਂ ਦੇ ਦਿਆਂ ਸਜਾਦਾ ਫੁੱਫੀ ਮੁਬਾਰਕ ਉਹ ਵੀ ਕੈਦ ਰਿਹਾ ਹੋ ਗਈ ਹੈ ਮੈਂ ਸਾਰੀਆਂ ਗੱਲਾਂ ਛੋੜ ਦਿੱਤੀਆਂ ਹਯਾਤੀ ਉਹ ਵੀ ਹੈ ਕਰਨ ਵਾਲਾ ਤੁਹਾਡੇ ਗਰੀਬਾਂ ਦੇ ਗਮ ਵਿੱਚ ਹੈ ਕੀਤੀ ਤਾਂ ਹੀ ਨਾ ਅਲੀ ਦੀਦੀ ਦੀ ਆਵਾਜ਼ ਤੇਰੀ ਹਯਾਤੀ ਹੋਏ ਸਜਾਦ ਹੁਣੇ ਨਾਲ ਰਿਹਾਈਆਂ ਦੇ ਹੁਕਮ ਸੁਣਾ ਦਿੱਤੇ ਨੇ ਮੇਰਾ ਤਾਂ ਕੈਦ ਖਾਨੇ ਦੇ ਨਾਲ ਰੂਹ ਵਜਾ ਹੁਣ ਆ ਲਿਆ ਹਾਏ ਮੈਂ ਤਾਂ ਬਿਰਾ ਦੀ ਮੁਹੱਬਤ ਦੇ ਵਹਿਣ ਹੁਣ ਕਰ ਰਿਹਾ
سجادہ دے پھوپی میرا حکم نہیں حاکم شام بغیر تاکھے آئے علی دی 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 آواز انہوں پتہ لگ گیا جو میں حق تے ہاں ہائے کرے ہیں تھوڑی ہائی آتی ہوئے ہائے تے کچھ نہیں لگتا سجادہ دے پھوپی انہوں گئی پتہ تسی حق تے ہو تم علی دی ہیں تم فاتحہ شام ہیں تم موسنہ سلام ہیں وے کد امام ہوں انصاف کی تئی میں فاتحہ شام ہاں ہاں پھوپی تسی فاتحہ شام ہو سجاد جڑے فاتحہ ہوں وہ اپنی شرطہ منہیں دیں لگا مجھے اس میں غیرت نو آخ میری پھپھی فاتحہ شام پیا دیئے ساڑھیا چار شرطہ منظور کر تاں سانو رہائی دے ورنہ تیری شام نال میرا مزاج ہونا آ رہا لے آئے ہو سمجھدار بندے آئے بیٹھے ہو سجاد دا پھپھی کیڑی کیڑی شرط علی دی 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 آوازی پہلی شرط سر شہدا دے دوی شرط لٹ کر بلا دا سامان تری شرط رائے محمل چوتھی شرط بشیر پج ظلم دا مہاری شریف ازادار بیٹھے شریفانو شریف روندن شریفان دا غم شریف منیندن اللہ جاندا ہے ڈھا نکل گئی ہے سجاد دی دا پھپھی میں لٹ کر بلا دے سامان اچ کے منگا علی دی 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 آوازی سب تو پہلے منگے پیو دی انگل شاباس انگل دے نال تیرے بابے غریب دی مندری آئی سجاد وقت منگے پیو دا کمر بن سجاد وقت منگے پیو دی پگ سجاد وقت منگے ساڑیاں چادراں بیوہ بہن دا داج سکینہ دے دور اصغر دے چولے اکبر دا گانا قاسم دا سیرا واہ بھائی واہ نوکرا تہاڈا فاطمہ میں جو تہاڈا نوکرا اللہ جانتا بیٹھا ہے وقت اٹھے علی دی 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 آواز ہی سجاد حوصلہ شام چلا تو بغیر یا تیرے بغیر اور کوئی ساڈا ہے تیری زندگی ہوئے ہائے کرن والا چپ کر کے آیا ہے کمینہ میری پھپھی فاتحہ شام پیا دیئے ساڑیا چار شرط منظور کر تاں سانو رہائی دے ورنہ تیری شام نال میرا مزاج ہونا آ رہا لیا بڑھ جا لے ہوں یہ بغیر تا دا سجاد کیڑی کیڑی شرط پہلی شرط بشیر پر جزلم دا مہاری آدھا دینا دوی شرط رائے معاملہ سرگانے ہوں تری معاملہ دا نام آیا ہے یہ بغیر تا کرسی توٹھے آئے سجاد دی اکھے چا اکھ پائیس وے کیا دا لائے تیرونی آیا ہوں منگ دا ترائے آئے سیدہ دا بے غیرہ تو جاڑ کے تانے مرے نہ میری کڑی شاہ بچائی ہے نوکرا توڑا خادمہ میرا پور بچی اتنا گیا ہے تا بچے ہی رو پہن موجزہ علی دی دیدہ تیری حیاتی ہوئے میرا پور بچی اتنا گیا ہے ہائے تری شرط لٹ کر بلا دا سمانے ادھے جڑے میرے کل مالے ہو مال لے لائے جڑے نہیں ہو دی قیمت لے لائے سجادہ دا تو قیمت بھر سکنا ہے میری پھپھیاں دے برکیاں دی قیمت کہہ دے سے ہائے کرے میرے پیو دی انگل دی قیمت کہہ دے سے سجادہ دا کمینہ لٹنا لاؤں توں یا تیری فوج کیوں نہیں تیرے کل سارا مال ادھر سجاد تیری امامت دی قسم ہے ایک جاہ دے بندے لٹنا لے ہوں دے میں تینوں سارا مال واپس کرا دے وہاں سجادے جو کوئی کتھوں دا لٹنا لا کوئی کتھوں دا لٹنا ہے یادتی ہوں نہیں ہو یار تو انہوں مولا وڈے رنگ لاوے چوتھی شرط سر شودا دمین لوگ پڑھ دے ہیں بزرگ زاکر خصوصاً میرے دادے اور ہی پڑھ دے ہیں اے بغیرتہ دے سارے سار دے سان لیکن سندرہ نہ بہن تے بھرا دیئے وڈی محبت حسین دا سر کرے سا صدوق جی بند بہن صدے بھرا لگا ونیے تان دے سور نہ کوئی نہ حال ہے اللہ سجاد دا ٹھہر میں پھپھی تو پوچھ لوں میں شریف ازادار بیٹھے ہو آیا سجاد آکے ڈٹھس استقلال دی خالق سی ازادی صبر دی پروردگار مستور ملکہ طہارت مریم کربلا مٹی تے ہنج بیٹھی آئی میں نمازی تشہد تے باندھا ہے شرم و حیا دا خالق سید ادب تو گردن جکیے رو رو کہہ دے پھپھی پھپھی علی دی 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 آواز جی وے سجاد پھپھی کمین آخری ویلے معجزہ طلب کرے دا سیاتی ہو بھی سجاد کیا معجزہ دا ہے سارے سار دے ساں لیکن سندرانہ بہن تے بھرا دی وڈی محبت حسین دا سر کرے سا صدوق اچ بند بہن صدے بھرا لگا ونجے تاں دے سور نہ کوئی نہ علی دی 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 آوازی سجاد وقت وعدہ کر رہے ہیں ادا نہیں پھپھی میں توڑے کول پوچھن آیا مستور نے کمر سیدھی کیتی ہے ادا یہ سجاد انصاف کر میں وطن چھوڑیا حسین دے سانگے آئے میں وطن جی نوکرہ توڑا خادمہ میں وطن تے دوئے دھیاں رون دیاں چھوڑ کے ٹوریاں بھرا دے سانگے میں پتر مرائن بھرا دے سانگے میں چادر لٹائیے بھرا دے سانگے میں کڑیاں پائیں بھرا دے سانگے میں قید نبھائیے بھرا دے سانگے اتنا بھرا دے سر
میں علی دی تھی اگر میں زینب سدائی شام ہی مدینے تائی ٹر دی آوے واہ بڑ جا لے تھوڑی حیاتی ہوئے لگا من اس بے غیرت نو من کیا سر صندوق بند کر دے وے منا دی پھرا دے وے اپنی وسطیاں عورتوں مکانہ دیا چھت تے چڑھا دے وے میں بھران سدینی ہاں شام دیا وسطیاں ویکھن کے دی آلی آئی وسطی آئی ہاں اٹھارہ بھراواں دی بہن آئی میرے گھر اٹھارہ عید آدیاں میرا رہا جو کوئی نہ واہ بھائی واہ تسا تو جوڑا ہے نوکراں نوکراں تہاڈا خادم ہاں اللہ جانا سجاد ہے کمینہ سر صندوق بند کر منادی پھرا پوری شام چ منادی ہو گئی عورت مکانہ دیا چھت تے سوار ہو گئی ایک بئی در ویک دیا بہن تے بھرا دا امتحان ہے ہائے مدینے والی بہن سدنا ہے کربلا دے غریب بھرا وجنا ہے تیری حیاتی اس بے غیرت سدے سپاہیوں منجو شبیر دا سر لایا ہو بعض مورخین نے لکھیا ہے جس محلے چ بے غیرت آپ راندا اتھے مظلوم دا سر رکھدا اے ان سر چاہے تشت چ پایا تو مال دتی آندن ٹر دئی آندن رون دئی آندن آدھے آدھن حسین حسین جنہ جھولیاں پتر نو من جھولیاں پھیلا پویا آمنا گیا تا آ پویا امن میاں پلیاں زہرا دیاں دھیاں نو کیوں اندوئی جنگل اچ کیوں رلے ہوئی تیری حیاتی ہوئی دو گلیاں دے موڑ بھون جوا دی تھی پائیوں بھائی کے ویکھن دو عورتیں مکان دی چھت تے آدھن کے لئی وے دے آدھن حسین مظلوم دا سر رہے ہائے آدھن اس غریب دا ناوئی نے ایک منٹ رک ونیو اے رک گئن عورتا مکان دی چھت تو لتھیاں سران تو چادران آئیاں نے گلے چادران پائیاں نے آدھن ایک منٹ سر لائے کے کھلوتے رہو اسا منگیے تو سی سان نہیں دے ونا سان پتہ ہے ظالم بادشاہ ہے تو سی غریب تے ملازم لوگ ہو ایک منٹ کھلو ونیو اے کھلو گئن عورتا نے تو سر دے رومال اٹھائے ہاتھ جوڑے نے آدھن حسین حسین مدینے والا حسین توں ہے اکبر دا بابا توں ہے زینب دا ویر توں ہے زہرا دا لال توں ہے جبرائیل دے پراں تے سمن دا عادی توں ہے مہر نبوت تے سوار ہون والا توں ہے سید اللہ بھلے نہ وہ غریب حسین میں بھائی کیا بات ہے تہاڈی نوکراں نوکراں تہاڈا خادم اگے لجپال سنی نہ پنڈیاں جے خالی نہ ولاویں سید اللہ بھلن سوچ کے پنے آئے پردیس دا معاملہ ہے بہنا نال ان دھڑ کربلا ہے سر شام ہے آئے اج وطن ہویا سوال کروا دنیا ویکھیا کسے سوالی سوال کیتا کسے لجپال عطا کیتا ادین تیری ذات دا دتو ہے بڑا کچھ جے ہور کچھ نہ پنڈیاں یو کچھ پوچھنی ہے شام وچ کتنیاں بہنا نال ہے آئے کر چھڑیا ہے سید اللہ بھلن میرے نال میری ترائے بہنا کے نام نے وڈی دنا زینب عالیہ اس تو چھوٹی دنا ام کلثوم انہاں دو تو من ڈھیر پیاری عباس دی بھین رکیہ کیا بات ہے تواڈی یار تسا جوڑ آئے ہو ہیں دھیاں کتنیاں نہ لینی دو ایک دنیا تو ٹر گئی ایک داج لٹائی ودی ہے نوکر امر صاحب ہیں میں تیرے نوکر ہاں حرم کتنے نہ لینی دو اکبر دی ماں اصغر دی ماں رباب تے لیلا حق جوڑے نہ دینی یہ کچھ پنیاں رباب صدی لیلا صدی کلثوم صدی کبرا صدی چٹے والا لی دائی فضا صدی غازی دی بھائن رکیہ صدی ونجے یا نہ ونجے تیری مرضی تے جس بھائن دا نام مشہور ہو گئی نا شام وچ ام المسائے بھائی بھائی کیا بات ہے تہاڈی مولا تن رنگ لاوے جدوں بھائن صدی ضرور لگا ونجے دشمن زمانہ ہی بھائن نو شرمسار نہ کرے فرمندن گھبریو نہیں دے صدن دی دیر ہے میرے ونجن دی دیر کائی نہیں ختم پڑھائی اللہ اس دی حیاتی کرے ٹائم دیواں اللہ جاندا سارا آیا صندوق وچ بند ہو گیا ہائے اس بغیر تک اس جات پھپھی نو آگ بھرا نو سدے آیا رو کے دے پھپھی علی دی 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 آواز جی وے عابد پھپھی بھرا دا سر صدو کی بند ہو گئے بھرا نو سد حاجی صاحب دو تلیاں ٹیک کے اٹھی ہوئے لگی ہے بابے اور یادیا نہیں اٹھی سکی کمزور ہو گئی آئی نا علی دی دی حال ہے اللہ فضا سہارا دیتا ہے مشکل دے نال اٹھی ہے سجیو اشارہ کی تس کلثوم اٹھی ہے کبھی اشارہ کی تس رکیہ اٹھیے تریاں بہنا سر دے وال کھولن بک بک مٹی دا بھرے ہنے والا اچ پایا نے حیاتی ہوئی شام نو زلزلہ آیا سجادہ دے فٹ پی ایک منٹ روک بان من دشمن تے ظالم دے دربار اچ پہنچن دے وقت بھرا نو سدے بابی ری فرمین دے آئین فضا کھلی آئی زندان دے دروازے تے سجادہ آئے دربار دے دروازے تے عدیلی دی دی بطریہ دربار چپڑ گئے تریاں بہنا ہوں دائیں مائیں دائیں جدے حسین دا سر رہا
ਹਕੇ ਮਾਰ ਗਿਆ ਦੀਏ ਰੱਲੇ ਆਇਆ ਸੇ ਕੱਲੀ ਪਈ ਵੇ ਨੀ ਅੱਲਾ ਜਾਣਦਾ ਤਾਲਾ ਤਰੁੱਟਾ ਸਰ ਪਰਵਾਜ਼ ਕੀਤਾ ਸਰ ਦਰਬਾਰ ਦੇ ਰਵੰਜਣ ਲੱਗਾ ਔਰਤਾਂ ਚਾਦਰਾਂ ਦੇ ਇਸ਼ਾਰੇ ਕਰਨੇ ਸ਼ੁਰੂ ਕੀਤੇ ਰੋ ਰੋ ਗਿਆ ਦੀਆਂ ਨੇ ਵੇ ਉਜੜੀ ਭੈਣ ਦਾ ਫਿਰਾ ਵੇ ਪਰਦੇ ਸਣ ਭੈਣ ਦਾ ਫਿਰਾ ਭੈਣ ਤਾਂ ਜ਼ਿੰਦਾਨ ਚ ਬੈਠੀ ਆਈ ਸੈਯਦਾ ਦੇ ਮਾਈਆਂ ਮਜਬੂਰ ਨਾ ਕਰੋ ਦੁਸ਼ਮਣ ਦਾ ਦਰਬਾਰ ਏ ਮੇਰੇ ਦੋਏ ਪੁੱਤਰ ਇਕੱਲੇ ਬੈਠੇ ਨ ਉਹ ਤੇਰੀ ਹਯਾਤੀ ਹੋਵੇ ਸ਼ਬੀਰ ਦੇ ਸਰ ਨੇ ਦਰਬਾਰ ਤੇ ਚੱਕਰ ਲਾਉਣਾ ਸ਼ੁਰੂ ਕੀਤਾ ਹੈ ਕੋਈ ਬੇਗੈਰਤ ਤਾਜ਼ੀਮ ਵਾਸਤੇ ਨਹੀਂ ਉੱਠਿਆ ਜਿਵੇਂ ਪਿਓ ਪੁੱਤਰ ਬੈਠਿਆ ਏ ਕੜੀਆਂ ਤੇ ਮੱਥਾ ਰੱਖ ਕੇ ਉੱਡੀ ਗਲੇ ਸਜਾਦਾ ਦੇ ਬਾਬਾ ਕੈਦੀ ਬਚੜੇ ਦਾ ਸਲਾਮ ਵੀ ਹਯਾਤੀ ਉਹਨੇ ਫਰਮੈਂਦਣ ਕਿਵੇਂ ਪੈ ਨਿਭਦੀ ਹੈ ਯਾਦ ਹੈ ਬਾਬਾ ਡਾਢੀ ਚੰਗੀ ਪੈ ਨਿਭਦੀ ਏ ਵਤ ਬਾਕਰ ਦੇ ਕੰਨ ਦੇ ਨਾਲ ਮੂੰਹ ਲਾਇਆ ਕਈ ਜਿਹੀ ਗੱਲ ਕੀਤੀ ਇਸ ਬਾਕਰ ਦਰਬਾਰ ਚ ਖਸ਼ ਕਰ ਗਈ ਹੈ ਸਜਾਦ ਜਿਹੜੇ ਜੀ ਨੌਕਰ ਆ ਜਿਹੜੇ ਸਮਝਦਾਰ ਬੰਦੇ ਬੈਠੇ ਹੋ ਸਜਾਦ ਨੇ ਤਲੀਆਂ ਮਲੀਆਂ ਨਾ ਫੱਕ ਹੋਏ ਆਦਾ ਬਾਕਰ ਲਾਲ ਡਾਡਾ ਕਿਆ ਦਾਇਆ ਬਾਕਰਾ ਦਾ ਡਾਡਾ ਦਾਈ ਛੋਟੀ ਜਿਹੀ ਉਮਰ ਚ ਕੈਦ ਨਿਭਾਉਣੀ ਪੈ ਗਈ ਹੈ ਤੇਰੇ ਬਾਜ਼ਾਰਾਂ ਤੇ ਦਰਬਾਰਾਂ ਚ ਰੁੱਲਣ ਦੇ ਵੱਡੇ ਅਰਮਾਨ ਹਯਾਤੀ ਉਹਨੇ ਉਹ ਯਾਰ ਸ਼ਾਲਾ ਵਸਤੇ ਰਹੋ ਖਤਮ ਪੜ੍ਹਾਈ ਵੱਧ ਸ਼ਬੀਰ ਦੇ ਸਰ ਨੇ ਪਰਵਾਜ਼ ਕੀਤਾ ਹੈ ਸਜਾਦਾ ਦਾ ਇਕੱਲਾ ਨਵਾਂ ਜ ਕੈਦੀ ਪੁੱਤਰਾਂ ਨੂੰ ਨਾਲ ਲਈ ਵਾਂਝ ਉਹ ਜਵਾਨੋ ਸ਼ਬੀਰ ਦੇ ਸਰ ਨੇ ਜ਼ਿੰਦਾਨ ਤੇ ਚੱਕਰ ਲਾਉਣਾ ਸ਼ੁਰੂ ਕੀਤਾ ਹੈ ਚੱਕਰ ਇੰਜ ਲੈਂਦਾ ਵਾਦਾ ਹੈ ਜਿਵੇਂ ਕੈਸ਼ ਹੈ ਗੁਲੀਂਦੀ ਹੈ ਤੇ ਨਹੀਂ ਲੱਭਦੀ ਉੱਠੀਏ ਗਾਉਣ ਗਾਜ਼ੀ ਦੀ ਭੈਣ ਰੁਕਈਆ ਆਦੀਏ ਬਿਸਮਿਲਾ ਲਾਇਆ ਵੇ ਤਾਂ ਨੌਕਰਾਂ ਦੀ ਝੋਲੀ ਆਦੇ ਰਹੀ ਮੈਂ ਨੌਕਰਾਂ ਰੁਬਾਬ ਆਦੀਏ ਲਾਇਆ ਵੇ ਤਾਂ ਅਸਗਰ ਦੀ ਮਾਂ ਦੀ ਝੋਲੀ ਆਦੇ ਰਹੀ ਜੀ ਨੌਕਰਾਂ ਲੈਲਾ ਆਦੀਏ ਲਾਇਆ ਵੇ ਤਾਂ ਸੋਹਣੇ ਅਕਬਰ ਦੀ ਮਾਂ ਦੀ ਝੋਲੀ ਆਦੇ ਰਹੀ ਕਲਸੂਮ ਆਦੀਏ ਲਾਇਆ ਵੇ ਤਾਂ ਬੇ ਔਲਾਦ ਭੈਣ ਦੀ ਝੋਲੀ ਆਦੇ ਰਹੀ ਕਹਿਣ ਦੀ ਝੋਲੀ ਸ਼ਬੀਰ ਦਾ ਸਰ ਨਹੀਂ ਆਇਆ ਫਿਜ਼ਾ ਜ਼ੈਨਬ ਦਾ ਮੋਢਾ ਲਾਇਆ ਹੈ ਆਦੀਏ ਝੋਲੀ ਕਰ ਵੀਰਾਂ ਨੂੰ ਵੱਡੀ ਤਕਲੀਫ ਪਈ ਆਉਂਦੀ ਹੈ ਆਦੀਏ ਮੈਂ ਤਾਂ ਕਹਿ ਵੇਲੇ ਦੀ ਇੰਤਜ਼ਾਰ ਚ ਬੈਠੀ ਆ ਤੇਰੀ ਹਯਾਤੀ ਹੋਵੇ ਯਕਦਮ ਭੈਣ ਦੀ ਝੋਲੀ ਚ ਆਇਆ ਹੈ ਭੈਣ ਦਾ ਸਰ ਚੁੰਮ ਗਿਆ ਤਾਂ ਉਹ ਕਿਨ ਗਈ ਹੈ ਮੈਂ ਦੀ ਉਲਫਤ ਵੇ ਜੋ ਜਾਏ ਵਖਰੀ ਕਾਇਦ ਨਿਭਾਈ ਮੈਂ ਦੇਖ ਰਿਹਾ ਜ਼ਿੰਦਾਨ ਦੇ ਵਿੱਚ ਨਹੀਂ ਨਜ਼ਰ ਸਕੀਨਾ ਉਹ ਤੁਹਾਡੀਆਂ ਹਯਾਤੀਆਂ ਵੇਨ ਤੇਰੀ ਹਯਾਤੀ ਹੋਏ ਤੁਹਾਨੂੰ ਰੋਂਦਾ ਡਿੱਠਾ ਮੈਨੂੰ ਦਾਦੇ ਜੀ ਦਾ ਬੰਦ ਯਾਦ ਆ ਗਿਆ ਜੰਡਵੀ ਸਾਹਿਬ ਜਦਾਂ ਭੈਣ ਨੂੰ ਫਿਰਾ ਮਿਲਿਆ ਹਾਏ ਫਿਜ਼ਾ ਦੀ ਅਲੀ ਦੀਦੀ ਫਿਰਾ ਮਿਲਿਆ ਵੱਡੀ ਮੁਸੀਬਤ ਬਣ ਗਈ ਆਈ ਕਈ ਮੁਸੀਬਤ ਆਦੀ ਹੈ ਸਾਂਗਾਂ ਦਰਵੇ ਅਲੀ ਦੀਦੀ ਇੱਕ ਇੱਕ ਸਾਰਾ ਲਈ ਸਾਂਗ ਦਰ ਡਿੱਠਾ ਹੈ ਇਹ ਜਵਾਦੀਏ ਫਿਜ਼ਾ ਇਤਨੇ ਦਾਈ ਇੱਕ ਬਣ ਗਈ ਹੈ ਸਾਖਤੇ ਲਾਚਾਰੀ ਇਹ ਜੋ ਸਾਂਗ ਅਕਬਰ ਦੀ ਆਏ ਲੋਡ ਲੋਡ ਵੈਨੀ ਯਾਰੋ ਵਤਨ ਦੋ ਕਿਤਨੇ ਵਾਰੀ ਅਕਬਰ ਰੋ ਰੋ ਗਿਆ ਤਾਂ ਦੋਵੇਂ ਭੈਣ ਫਿਰਾ ਪਏ ਉਹ ਮਿਲਦੇ ਨੂੰ ਆ ਮਿਲ ਸੁਗਰਾ ਇੱਕ ਵਾਰੀ ਕਈ ਭੈਣ ਫਿਰਾ ਦਾ